ਅਤੇ ਮੈਨੂੰ ਸਵੇਰੇ ਇੱਕ ਅਚਾਨਕ ਜਦੋਂ ਆਪਣੇ ਸ਼ੋਅ ਵਾਸਤੇ ਮੈਂ ਰੈਡੀ ਹੋ ਰਿਹਾ ਹਾਂ ਅਤੇ ਮੈਨੂੰ ਇੱਕ ਅਚਾਨਕ ਧਮਕੀ ਭਰਿਆ ਫੋਨ ਆਉਂਦਾ, ਵਟਸਐਪ 'ਤੇ ਕੌਲ ਆਉਂਦੀ ਆ। ਅਤੇ ਵਟਸਐਪ ਕੌਲ ਆਉਂਦੀ ਅਤੇ ਮੈਂ ਜਦ ਵਟਸਐਪ ਕੌਲ ਪਿੱਕ ਕਰਦਾ ਅਤੇ ਉਹਦੇ ਉੱਪਰ ਇੱਕ ਖਤਰਨਾਕ ਡੀਪੀ ਜਿਹੜੀ ਲੱਗੀ ਹੋਈ ਸੀ ਕਿਸੇ ਮਿਲੀਟੈਂਟ ਵਗੈਰਾ ਦੀ 47 ਦੇ ਨਾਲ। ਅਤੇ ਜਦੋਂ ਮੈਂ ਕੌਲ ਰਿਸੀਵ ਕਰਦਾ ਤਾਂ ਮੈਨੂੰ ਉਹ ਬੜੇ ਮਤਲਬ ਕਿ ਇੱਕ ਧਮਕੀ ਭਰੀ ਆਵਾਜ਼ ਦੇ ਵਿੱਚ ਮੇਰੇ ਨਾਲ ਗੱਲ ਕਰਦਾ ਵੀ ਹੋਰ ਕੀ ਹਾਲ ਆ, ਤੇਰਾ ਠੀਕ ਠਾਕ ਆ, ਅਸੀਂ ਜਾਣਦੇ ਹਾਂ ਤੇਰੇ ਬਾਰੇ, ਥੋੜ੍ਹੇ ਦਿਨ ਪਹਿਲਾਂ ਆਪਾਂ ਇੱਕ ਕਤਲ ਕੀਤਾ ਸਿੱਧੂ ਮੂਸੇਵਾਲੇ ਦੇ ਨਾਲ, ਮੈਂ ਲੌਂਸ ਜਿਹੜਾ ਲੌਂਸ ਬਿਸ਼ਨੋਈ ਆ ਉਹਦੇ ਗੈਂਗ ਦਾ ਬੰਦਾ ਬੋਲਦਾ ਪਿਆ ਹਾਂ, ਮੇਰੇ ਕੋਲ ਰਿਕਾਰਡਿੰਗ ਵੀ ਹੈਗੀ ਆ, ਸਾਰਾ ਕੁਛ ਆ, ਮੈਨੂੰ ਉਹਨਾਂ ਨੇ ਇੱਕ ਦੋ ਵੀਡੀਓ ਵੀ ਪਾਈਆਂ ਹੈਗੀਆਂ। ਲੇਕਿਨ ਇਹ ਕਰਕੇ ਤਾਂ ਮੈਂ ਉਹਨੂੰ ਇਸ ਚੀਜ਼ ਨੂੰ ਬਹੁਤ ਜ਼ਿਆਦਾ ਜ਼ਿਆਦਾ ਸੀਰੀਅਸ ਲਿਆ, ਮੈਂ ਉਸੇ ਵੇਲੇ ਉਹਦਾ ਵਟਸਐਪ ਜਿਹੜਾ ਕੌਲ ਉਹ ਮੈਂ ਕੱਟਤਾ। ਠੀਕ ਹੈ, 2-3 ਮਿੰਟ ਬਾਅਦ ਮੈਨੂੰ ਇੱਕ ਕੋਲਿੰਗ ਆਉਂਦੀ ਹੈ, ਫੋਨ ਕਾਲ ਆਉਂਦੀ ਹੈ, ਫੋਨ ਕਾਲ ਦੇ ਉੱਪਰ ਵੀ ਮੈਨੂੰ ਇਹੀ ਚੀਜ਼ ਕਹਿੰਦਾ ਵੀ ਮੇਰਾ ਫੋਨ ਨਾ ਕੱਟੀ, ਜੇ ਫੋਨ ਕੱਟਿਆ ਤਾਂ ਫਿਰ ਤੂੰ ਆਪਣਾ ਆਪ ਦੇਖ ਲਈ, ਅਸੀਂ ਤੁਹਾਡੇ ਘਰਦਿਆਂ ਨੂੰ ਵਿਧਵਾ ਬਣਾ ਦਾਂਗੇ, ਠੀਕ ਹੈ, ਤੇਰੇ ਬੱਚੇ ਰੁਲ ਜਾਣਗੇ, ਇਹ ਹੋ ਜਾਏਗਾ, ਵੋ ਹੋ ਜਾਏਗਾ। ਅਤੇ ਮੈਂ ਉਸ ਵੇਲੇ ਫਿਰ ਫੋਨ ਕੱਟ ਦਿੰਦਾ, ਲੇਕਿਨ ਵਾਰ ਵਾਰ ਕੋਲ ਆਉਣ 'ਤੇ ਮੈਨੂੰ ਇਸ ਚੀਜ਼ ਦਾ ਬੜਾ ਇੱਕ ਦੁੱਖ ਮਹਿਸੂਸ ਹੋ ਰਿਹਾ ਕਿ ਇਹ ਜਿਹੜੇ ਆ ਇੱਦਾਂ ਦੇ ਜਿਹੜੇ ਕੋਲ ਸਾਨੂੰ ਆ ਰਹੇ ਨੇ। ਪਲੀਜ਼ ਇਹ ਮੈਂ ਆਪਣੇ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਇੱਦਾਂ ਦੇ ਜਿਹੜੇ ਕੋਲ ਆ ਰਹੇ ਨੇ ਪਲੀਜ਼ ਇਹਨਾਂ ਨੂੰ ਟਰੇਸ ਕੀਤਾ ਜਾਵੇ, ਇਹ ਕਿਹੜੇ ਲੋਕ ਹੈਗੇ ਨੇ, ਇਹਨਾਂ 'ਤੇ ਨੱਥ ਪਾਈ ਜਾਵੇ। ਕਿਹੜੇ ਨੰਬਰ ਤੋਂ ਕੋਲ ਆਈ ਹੈ ਸਰ? ਨੰਬਰ ਹੈਗਾ 8218403278 ਤੋਂ ਕੋਲ ਆਈ ਆ, ਔਰ ਦੂਸਰਾ ਇਹਨਾਂ ਦਾ ਇੱਕ ਵਟਸਐਪ ਨੰਬਰ ਹੈਗਾ, ਉਹ ਵੀ ਮੇਰੇ ਕੋਲ ਹੈਗਾ ਆ। ਠੀਕ ਹੈ, ਇਹਨਾਂ ਦੋ ਨੰਬਰਾਂ ਤੋਂ ਕੋਲ ਆਈ ਹੈ ਮੈਨੂੰ। ਅਤੇ ਕੁਛ ਫਰੋਤੀ ਮੰਗੀ ਤੁਹਾਡੇ ਕੋਲ, ਕੀ ਮੰਗਿਆ ਸਰ? ਮੰਗਦੇ ਉਹ ਗੱਲ ਇਸ ਤਰ੍ਹਾਂ ਹੀ ਕਰਦਾ ਪਿਆ ਸੀ, ਮੇਰੀ ਕੌਲ ਨਹੀਂ ਕੱਟਣੀ, ਮੇਰੀ ਪਹਿਲਾਂ ਗੱਲ ਧਿਆਨ ਨਾਲ ਸੁਣ ਲਾ, ਤੇਰੇ ਵਾਸਤੇ ਮੈਗਜ਼ੀਨ ਭਰਦੇ ਪਏ ਹਾਂ। ਠੀਕ ਹੈ, ਸਾਡਾ ਜਿਹੜਾ ਨੈਟਵਰਕ ਬਹੁਤ ਪੰਜਾਬ ਦੇ ਵਿੱਚ ਫੈਲਿਆ ਹੋਇਆ, ਇਸ ਤਰ੍ਹਾਂ ਕਰਕੇ ਸਰ ਮੇਰੇ ਨਾਲ ਗੱਲ ਕਰਦਾ ਪਿਆ ਸੀ। ਲੇਕਿਨ ਉਸ ਟਾਈਮ ਮੈਂ ਜਿਹੜਾ ਮੈਂ ਡਰ ਗਿਆ ਸਾਂ, ਅਤੇ ਲੇਕਿਨ ਮੈਂ ਉਹਨਾਂ ਦਾ ਜਿਹੜਾ ਕੌਲ ਹੈ ਡਿਸਕਨੈਕਟ ਕਰਤਾ ਸੀ। ਪੁਲਿਸ ਨੂੰ ਜਾਣਕਾਰੀ ਦਿੱਤੀ ਜੀ? ਪੁਲਿਸ ਕੋ, ਪੁਲਿਸ ਦੇ ਕੋਲ ਸਰ ਮੈਂ FIR ਜਾ ਕੇ ਕਰਵਾਤੀ ਹੋਈ ਹੈ, ਅਤੇ ਉਹ ਕਹਿੰਦੇ ਜਲਦੀ ਤੋਂ ਜਲਦੀ ਇਹਨਾਂ ਦਾ ਜਿਹੜਾ ਨੰਬਰ ਟਰੇਸ ਕਰਕੇ ਤੁਹਾਨੂੰ ਜਿਹੜਾ ਇਨਸਾਫ ਦਵਾਇਆ ਜਾਏਗਾ। ਜਿਹੜੀ ਕੌਲ ਆਈ ਤੁਹਾਨੂੰ ਇਹ ਹਿੰਦੂ ਲੱਗਦਾ ਕਿ ਮੁਸਲਮਾਨ, ਕਿਸ ਤਰ੍ਹਾਂ ਦਾ ਬੰਦਾ ਲੱਗਦਾ ਸਰ? ਉਹਨਾਂ ਦੀ ਜਿਹੜੀ ਆਵਾਜ਼ ਸੀ ਇਸ ਤਰ੍ਹਾਂ ਲੱਗਦੀ ਸੀ ਕਿ ਜਿਵੇਂ ਕੋਈ ਆਊਟ ਆਫ ਸਟੇਟ ਤੋਂ ਗੱਲ ਕਰਦਾ ਪਿਆ ਹੋਵੇ ਜੀ, ਕਿਉਂਕਿ ਬੇਗਮ, ਹਾਂਜੀ, ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਕਿ ਕੋਈ ਸ਼੍ਰੀਨਗਰ ਵਗੈਰਾ ਤੋਂ ਕੋਈ, ਜਾਂ ਜੰਮੂ ਤੋਂ ਜਾਂ ਕੋਈ ਅਦਰ ਸਟੇਟ ਤੋਂ ਗੱਲ ਕਰਦਾ ਪਿਆ, ਉਸ ਤਰ੍ਹਾਂ ਦੀ ਆਵਾਜ਼ ਸੀ ਉਹਨਾਂ ਦੀ। ਕਿਵੇਂ ਪਤਾ ਲੱਗਾ ਤੁਹਾਨੂੰ ਸਰ ਉਸ ਤਰ੍ਹਾਂ ਦੀ ਆਵਾਜ਼? ਕਿਉਂਕਿ ਐਕਚੁਲੀ ਸਰ ਮੈਂ ਪਹਿਲਾਂ ਦੇਸ਼ ਦੀ ਸੇਵਾ ਕੀਤੀ, ਮੈਂ ਵੀ 17-18 ਸਾਲ ਐਕਚੁਲੀ ਫੌਜ 'ਚ ਰਿਹਾ, ਮੈਂ ਵੀ ਹਰ ਕੋਨੇ ਦੇ ਭਾਸ਼ਾ ਜਿਹੜੀ ਮੈਂ ਜਾਣਦਾ, ਅਤੇ ਇਸ ਕਰਕੇ ਮੈਂ ਵੀ ਥੋੜ੍ਹੀ ਇਸ ਚੀਜ਼ ਭਾਸ਼ਾ ਦੇ ਵਿੱਚ ਵੀ ਥੋੜ੍ਹੀ ਨੌਲੇਜ ਰੱਖਦਾ ਵੀ ਕਿੱਧਰ ਦੀ ਕੌਲ ਹੈ, ਕਿੱਧਰ ਦਾ ਬੰਦਾ, ਕਿਹੜੇ ਡਿਸਟ੍ਰਿਕਟ ਦਾ ਬੰਦਾ, ਕਿਉਂਕਿ ਹਰ ਡਿਸਟ੍ਰਿਕਟ 'ਤੇ ਜਾ ਕੇ ਜਿਹੜੀ ਆ ਪੰਜਾਬੀ ਲੈਂਗੁਏਜ ਜਿਹੜੀ ਉਹ ਚੇਂਜ ਹੋ ਜਾਂਦੀ ਹੈ। ਗੱਲ ਤਾਂ ਪੰਜਾਬੀ 'ਚ ਕਰਦਾ ਪਿਆ ਸੀ, ਲੇਕਿਨ ਉਹਦੀ ਜਿਹੜੀ ਆ ਪੰਜਾਬੀ ਭਾਸ਼ਾ ਸੀ ਉਹ ਆਪਣੇ ਅੰਮ੍ਰਿਤਸਰ ਦੀ ਨਹੀਂ ਸੀ, ਔਰ ਪੰਜਾਬ ਦੀ ਵੀ ਨਹੀਂ ਸੀ ਉਹ, ਲੇਕਿਨ ਬਾਹਰ ਦੀ ਸੀ, ਜਿਵੇਂ ਕੋਈ ਬਾਹਰ ਦਾ ਅਦਰ ਸਟੇਟ ਤੋਂ ਬੰਦਾ ਗੱਲ ਕਰਦਾ ਪਿਆ ਹੋਵੇ ਜੀ। ਸਰ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਜੇ ਆਮ ਨਾਗਰਿਕ ਪੰਜਾਬ ਦੇ ਵਿੱਚ ਸੇਫ ਨਹੀਂ ਹੈ ਅਤੇ ਫਿਰ ਹੋਰ ਕੀ ਹੋ ਸਕਦਾ ਹੈ। ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਕਿ ਜਲਦੀ ਤੋਂ ਜਲਦੀ ਇਸ ਚੀਜ਼ ਨੂੰ ਨੱਥ ਪਾਈ ਜਾਵੇ ਤਾਂ ਕਿ ਇੱਦਾਂ ਦੇ ਜਿਹੜੇ ਗੈਂਗਸਟਰ ਆ ਉਹਨਾਂ ਨੂੰ ਫੜਿਆ ਜਾਵੇ। ਜਾਂਚ ਕਰਨਾ ਹੈ, ਕੁਐਸਚਨ ਦੱਸੋ ਸਾਨੂੰ, ਪਤਾ ਲੈ ਕੇ ਕੁਛ ਹੋਇਆ। ਉਹਨਾਂ ਨੇ ਫੋਨ ਕੀਤਾ ਹਰਜੀਤ ਸਿੰਘ ਨੇ, ਉਹਦੇ ਸਮਾਂ 'ਚ ਆਏ ਆ ਉਹਨਾਂ ਕੀ ਕਹਿੰਦੇ ਕੀ ਪਿਓ? ਉਹ ਕੋਈ ਉਹਨਾਂ ਨੂੰ ਕਾਲ ਆਈ ਆ ਥਰੈਟ ਦੀ, ਹਾਂ ਉਹਦੇ ਸੰਬੰਧੀ ਕੋਈ ਨਹੀਂ, ਤਫਤੀਸ਼ ਕਰ ਰਹੇ ਹਾਂ, ਫਿਰ ਕਰਕੇ ਦੇਖ, ਫਿਰ ਦੇਖਦੇ ਹਾਂ।